ਵੀਰਾ ਫਿਰੋਜ਼ਪੁਰ ਦੀਆਂ ਹਨ ਜਿੱਥੇ ਕਿ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਅੱਜ ਹਾਦਸਾਗ੍ਰਸਤ ਹੋ ਗਈ ਜਦੋਂ ਉਹ ਬਾਰਡਰ ਰੋਡ 'ਤੇ ਲੱਗੀ ਅੱਗ ਨੂੰ ਬੁਝਾਉਣ ਲਈ ਜਾ ਰਹੀ ਸੀ ਕਿ ਇਸੇ ਦੌਰਾਨ ਹੀ ਉਹ ਬੇਕਾਬੂ ਹੋ ਕੇ ਇੱਕ ਦਰਖਤ ਦੇ ਨਾਲ ਜਾ ਟਕਰਾਏ ਜਿਸ ਕਰਕੇ ਤਿੰਨ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਤਸਵੀਰਾਂ ਫਿਰੋਜ਼ਪੁਰ ਦੀਆਂ ਹਨ ਜਿੱਥੇ ਕਿ ਫਾਇਰ ਬ੍ਰਿਗੇਡ ਦੀ ਗੱਡੀ ਹਾਦਸਾਗ੍ਰਸਤ ਹੋਈ ਹੈ। अज साढ़े ट्रेंचिंग ग्राउंड है पुराना उत्थे कुछ धुआं कोई इशू आया उसे असी गड्डी भेजी ऑफिस को तो गड्डी लेके जा रहे थे ड्राइवर तो जिवें पता लगा कि सामने कोई गड्डी आ गई एकदम से उन्होंने बचा के चक्कर से पानी भरी होती फायर ब्रिगेड वो झोल खा गई झोल करके वो जाके बचा चक्कर थंबे तो लग गए बाकी बचाव हो गया है कोई जान का खतरा नहीं है। ਕਿੰਨੇ ਜਣੇ ਸੀ ਸਰ? ਤਿੰਨ ਜਣੇ ਸੀ। ਸੱਟਾਂ ਲੱਗੀਆਂ? ਕਿੰਨੇ ਲੋਕ ਗਾਇਲ ਹੋਏ? ਹਾਂਜੀ, ਕਿੰਨੇ ਲੋਕ ਗਾਇਲ ਹੋਏ ਸੀ? ਤਿੰਨ ਟੋਟਲ ਹੈ। ਤਿੰਨੋਂ ਗਾਇਲ ਹੋਏ ਜੀ? ਹਾਂ, ਤਿੰਨੋਂ ਗਾਇਲ। ਕੀ ਨਾਮ ਤੁਹਾਡਾ? ਬਾਈ ਖਤਰੇ ਤੋਂ ਬਾਹਰ ਹੈ। ਆਪਣਾ ਕੀ ਨਾਮ ਹੈ? ਮੈਂ ਅਭਿਸ਼ੇਕ ਪਾਂਡੇ, ਮੈਂ ਆਪਰੇਟਿੰਗ ਫਾਇਰ ਬ੍ਰਿਗੇਡ ਦਾ। ਫਿਰੋਜ਼ਪੁਰ ਤੋਂ ਬੌਬੀ ਖਰਾਨਾ ਦੀ ਰਿਪੋਰਟ, ਪੰਜਾਬ ਟੂਡੇ।